ਆਪਦੇ ਏਜੰਡੇ ਦੀ ਗੱਲ ਕਰਨੀ ਚਾਹੀਦੀ ਹੈ ਕਿ ਅਸੀਂ ਚਾਹੁੰਦੇ ਕੀ ਹਾਂ ਕਿੱਥੇ ਤੁਸੀਂ ਮਤਲਬ ਕਿ ਆਪਾਂ ਸਿਰਫ ਐਂ ਬਿਜ਼ੀ ਹਾਂ ਵੀ ਉਹ ਤੇਰੇ ਵਾਲੀ ਉਹ ਮੇਰੇ ਵਾਲੀ ਹੈ ਬਾਈ ਉਹਦੇ ਨਾਲ ਤੇਰੀ ਜੋੜੀ ਵਧੀਆ ਲੱਗ ਰਹੀ ਉਹਦੇ ਨਾਲ ਮੇਰੀ ਜੋੜੀ ਨਹੀਂ ਜਿਵੇਂ ਟੋਟਲੀ ਵੇਸਟੇਜ ਆਫ ਟਾਈਮ ਆ ਹੈਲੋ ਬਾਬੇ ਸਤਿ ਸ਼੍ਰੀ ਅਕਾਲ ਅਤੇ ਵੈਲਕਮ ਟੂ ਆਪਣਾ ਨਵਾਂ ਵਲੋਗ ਅਤੇ ਮੇਰਾ ਨਾਮ ਹਰਪਿੰਦਰ ਹੈ ਅਤੇ ਹਰਪਿੰਦਰ ਨੇ ਨਵੀਂ ਕੋਟੀ ਪਾਈ ਆ ਜਿਹੜੀ ਕਿ ਹਰਪਿੰਦਰ ਦੀ ਮੰਮੀ ਨੇ ਉਹਨੂੰ ਬੁਣ ਕੇ ਭੇਜੀ ਆ ਅਤੇ ਹੁਣ ਆਪਾਂ ਚੱਲੇ ਹਾਂ ਕੰਮ 'ਤੇ ਅਤੇ ਜਦੋਂ ਤੱਕ ਮੈਂ ਕੰਮ 'ਤੇ ਜਾ ਕੇ ਆਉਂਦਾ ਗਾ ਉਦੋਂ ਤੱਕ ਤੁਸੀਂ ਇੱਕ ਵੀਡੀਓ ਦੇਖ ਲਓ ਮੈਂ ਨਾ ਕੱਲ੍ਹ ਇੱਕ ਘਰ ਧੋਂਦੇ ਦੇਖਿਆ ਸੀਗਾ ਇੱਥੇ ਜੇ ਸੀ ਵੀ ਨਾ ਘਰ ਢਾ ਰਹੇ ਸੀ ਜਿਵੇਂ ਬੰਦਾ ਬੜੇ ਹੀ ਪਿਆਰ ਨਾਲ ਕੋਈ ਘਰ ਬਣਾਉਂਦਾ ਹੈ ਨਾ ਅਤੇ ਜਦੋਂ ਅੱਖ ਸਾਹਮਣੇ ਢਹਿੰਦਾ ਦੇਖਦਾ ਗਾ ਮੈਂ ਸੋਚਿਆ ਵੀ ਰਿਕਾਰਡ ਕਰ ਲਾਂ ਅਤੇ ਮੈਂ ਉਹਨਾਂ ਟਾਈਮ ਸ਼ਿਫਟ ਲਾ ਕੇ ਆਇਆ ਤੁਸੀਂ ਉਹ ਘਰ ਢਹਿਣਾ ਦੇਖੋ ਫਿਰ ਮਿਲਦੇ ਆਪਾਂ ਆ ਕੇ ਸਤਿ ਸ਼੍ਰੀ ਅਕਾਲ ਅਤੇ ਕੰਮ ਤੋਂ ਵਾਪਿਸ ਆਇਆ ਮੈਂ ਹੁਣੀ ਅਤੇ ਨੀਂਦ ਬਹੁਤ ਜ਼ਿਆਦਾ ਆਈ ਜਾਂਦੀ ਰਾਤ ਬਹੁਤ ਕੰਮ ਸੀਗਾ ਵੀ ਥੱਕੇ ਪਿਆਂਗੇ ਅੱਜ ਦੇ ਦਿਨ ਦਾ ਕੀ ਰੂਟੀਨ ਆਪਣਾ ਅੱਜ ਇੱਕ ਅਸਾਈਨਮੈਂਟ ਬਣਾਉਣੀ ਆ ਕੱਲ੍ਹ ਵਾਲਾ ਵਲੋਗ ਐਡਿਟ ਕਰਨਾ ਅਤੇ ਅੱਜ ਵਾਲਾ ਵਲੋਗ ਸ਼ੂਟ ਕਰਨਾ ਪਹਿਲਾਂ ਹੁਣ ਫਿਲਹਾਲ ਆਪਾਂ ਮੈਂ ਚਾਹੁੰਦਾ ਵੀ 2 ਘੰਟੇ ਸੌਂ ਜਾ ਮੈਂ 2 ਘੰਟੇ ਸੌਂ ਕੇ ਫਿਰ ਉੱਠ ਕੇ ਫਿਰ ਤੋਂ ਪਹਿਲਾਂ ਅਸਾਈਨਮੈਂਟ ਬਣਾਵਾਂਗੇ ਫਿਰ ਵਲੋਗ ਐਡਿਟ ਕਰਨ ਲੱਗਾਂਗੇ ਫਿਰ ਅੱਜ ਵਾਲਾ ਵਲੋਗ ਕੰਟੀਨਿਊ ਕਰਾਂਗੇ ਓਕੇ ਜੀ ਅੱਜ ਥੋੜ੍ਹੀ ਬਹੁਤ ਗੱਲ ਸਕੇਟਬੋਰਡਿੰਗ ਬਾਰੇ ਵੀ ਕਰਾਂਗੇ ਹਾਂਜੀ ਅਤੇ ਮੈਂ ਬੈਠਾਂਗਾ ਬੱਸ ਅੱਡੇ 'ਤੇ ਮੇਰੇ ਲਈ ਪਰੌਂਠੇ ਬਣਾ ਕੇ ਲੈ ਕੇ ਆਈ ਹੈਗੀ ਦਵਿੰਦਰ ਕੌਰ ਅਤੇ ਇਹਦਾ ਬਹੁਤ ਬਹੁਤ ਧੰਨਵਾਦ ਪਰੌਂਠਿਆਂ ਦੇ ਲਈ ਅਤੇ ਬਸ ਇੰਨਾ ਕੁ ਹੁੰਦਾ ਯਾਰ ਵੀ ਬਸ ਤੁਸੀਂ ਨਾ ਕੁੜੀਆਂ ਥੋੜ੍ਹੀ ਬਹੁਤ ਤਾਰੀਫ ਕਰਦਾ ਕਰੋ ਅਤੇ ਇੰਨੇ ਕੁ ਨਾ ਖੁਸ਼ ਹੋ ਜਾਂਦੇ ਆ ਦੇਖ ਕਰ ਕਿਸੇ ਨੂੰ ਖੁਸ਼ ਕਰਨ ਦੇ ਲਈ ਬਹੁਤ ਜ਼ਿਆਦਾ ਕੋਈ ਵੱਡੇ ਗਿਫਟ ਦੇਣ ਦੀ ਲੋੜ ਦੀ ਬਹੁਤ ਜ਼ਿਆਦਾ ਕੁਛ ਹੋ ਰਹੀ ਬਸ ਤੁਸੀਂ ਨਾ ਦਿਲੋਂ ਥੋੜ੍ਹੀ ਤਾਰੀਫ ਕਰ ਦਿਓ ਇੰਨੇ ਕੁ ਨਾਲ ਦੇਖੋ ਕਿਵੇਂ ਖੁਸ਼ ਖੇੜੀ ਪਈ ਆ ਪੂਰੀ ਇੰਨਾ ਕੰਮ ਹੁੰਦਾ ਹੁਣ ਆਪਾਂ ਚੱਲਦੇ ਹਾਂ ਘਰੇ ਪਰੌਂਠੇ ਛਾ ਦਿਆਂ ਲੋੜੇ ਫਿਰ ਅਸਾਈਨਮੈਂਟ ਬਣਾਉਣੇ ਜਾ ਕੇ ਹਾਂਜੀ ਬਾਬੇ ਤਾਂ ਮੈਂ ਨਾ ਪਰੌਂਠੇ ਖਾ ਲਾਂ ਅਤੇ ਪਰੌਂਠੇ ਖਾ ਕੇ ਨਾ ਮੈਂ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਹੈਗੀ ਮਤਲਬ ਕਿ ਜ਼ਰੂਰੀ ਗੱਲ ਇੱਦਾਂ ਦੀ ਆ ਉਹ ਮਤਲਬ ਕਿ ਪਤਾ ਨਹੀਂ ਕੀ ਗੱਲ ਆ ਮੈਨੂੰ ਮਤਲਬ ਕਿ ਅੰਦਰੋਂ ਫੀਲ ਹੋ ਰਿਹਾ ਕਿ ਮੈਨੂੰ ਗੱਲ ਕਰਨੀ ਚਾਹੀਦੀ ਤੁਹਾਡੇ ਨਾਲ ਉਹਦੇ ਬਾਰੇ ਗੱਲ ਤੁਹਾਡੇ ਨਾਲ ਇਹ ਕਰਨੀ ਸੀਗੀ ਵੀ ਜਿਵੇਂ ਆਪਣੇ ਸਾਰਿਆਂ ਦੇ ਦੋਸਤ ਹੁੰਦੇ ਆ ਨਾ ਮੇਰੇ ਵੀ ਦੋਸਤ ਆ ਮੇਰੇ ਵਲੋਗਾਂ ਜ਼ਿਆਦਾਤਰ ਮੈਂ ਹੁੰਦਾ ਜਾਂ ਮੇਰੇ ਦੋਸਤ ਹੁੰਦੇ ਆ ਉਹ ਦੋਸਤ ਆਪਣੇ ਮੁੰਡੇ ਵੀ ਹੁੰਦੇ ਆ ਕੁੜੀਆਂ ਵੀ ਹੁੰਦੀਆਂ ਜਿੱਦਾਂ ਦਾ ਆਪਣਾ ਸਰਕਲ ਹੁੰਦਾ ਹੈ ਨਾ ਅਤੇ ਉੱਦਾਂ ਦੇ ਆਪਣੇ ਦੋਸਤ ਹੁੰਦੇ ਆ ਨਾ ਮੇਰੀ ਜਿਹੜੀ ਵੀ ਵੀਡੀਓ ਦੇ ਵਿੱਚ ਜਦੋਂ ਵੀ ਮੇਰੀ ਕੋਈ ਕੁੜੀ ਫਰੈਂਡ ਆਈ ਹੈਗੀ ਅਤੇ ਉਹਦੇ ਉੱਤੇ ਕਮੈਂਟ ਤੁਸੀਂ ਹਮੇਸ਼ਾ ਇੱਦਾਂ ਹੀ ਕਰਦੇ ਹੋ ਕਿ ਵੀ ਵੀਰੇ ਤੁਹਾਡੀ ਗਰਲਫਰੈਂਡ ਆ ਵੀਰੇ ਭਾਬੀ ਆ ਹੈਂ ਤੁਹਾਡੀ ਜੋੜੀ ਬਹੁਤ ਵਧੀਆ ਲੱਗ ਰਹੀ ਆ ਜਿਵੇਂ ਉਹ ਵੀਡੀਓ ਉਹ ਕਮੈਂਟ ਦੇਖ ਕੇ ਜਿਵੇਂ ਮੈਂ ਕੋਈ ਖੁਸ਼ ਨਹੀਂ ਹੁੰਦਾ ਹੈਗਾ ਜਿਵੇਂ ਮੈਨੂੰ ਥੋੜ੍ਹੀ ਜਿਹੀ ਸ਼ਰਮਿੰਦਗੀ ਜੀ ਮਹਿਸੂਸ ਹੁੰਦੀ ਹੈਗੀ ਕਿ ਜਿਵੇਂ ਮੈਨੂੰ ਨਹੀਂ ਪਤਾ ਹੈਗਾ ਵੀ ਤੁਸੀਂ ਕੀ ਸੋਚ ਕੇ ਕਮੈਂਟ ਕਰਦੇ ਹੋ ਜਾਂ ਤੁਸੀਂ ਕਿਸ ਨਜ਼ਰੀਏ ਨਾਲ ਕਮੈਂਟ ਕਰਦੇ ਹੋ ਨਾ ਪਰ ਜਦੋਂ ਉਹ ਖੁਦ ਉਹ ਕਮੈਂਟ ਪੜ੍ਹਦੀਆਂ ਹੋਣਗੀਆਂ ਨਾ ਅਤੇ ਜਾਂ ਉਹ ਮੈਥੋਂ ਪੁੱਛਦੀਆਂ ਹੋਣਗੀਆਂ ਵੀ ਇਹ ਕਮੈਂਟ ਇੱਦਾਂ ਦਾ ਕਿਉਂ ਆਇਆ ਨਾ ਤੁਸੀਂ ਸੋਚੋ ਨਾ ਵੀ ਮੇਰਾ ਮੈਂ ਉਸ ਟਾਈਮ ਕਿੱਦਾਂ ਦਾ ਫੀਲ ਕਰ ਰਿਹਾ ਹੋਊਂਗਾ ਸੋ ਜਿੱਦਾਂ ਜੇ ਇੱਦਾਂ ਦੀ ਕੋਈ ਗੱਲ ਹੋਈ ਤਾਂ ਮੈਂ ਤੁਹਾਨੂੰ ਆਪ ਦੱਸੂਗਾ ਕਿ ਹਾਂਜੀ ਵੀ ਇਹ ਮੇਰੀ ਗਰਲਫਰੈਂਡ ਆ ਇਹ ਤੁਹਾਡੀ ਭਾਬੀ ਆ ਹੈ ਨਾ ਜਦੋਂ ਮੈਂ ਉਹਨਾਂ ਨੂੰ ਇੰਟਰੋਡਿਊਸ ਹੀ ਐਜ਼ ਆ ਫਰੈਂਡ ਕਰਵਾ ਰਿਹਾ ਤਾਂ ਇਹਦਾ ਮਤਲਬ ਉਹ ਮੇਰੀਆਂ ਦੋਸਤੀਆਂ ਹੈਗੀਆਂ ਦੂਸਰੀ ਗੱਲ ਇਹ ਕਿ ਜ਼ਰੂਰੀ ਨਹੀਂ ਹੈਗਾ ਵੀ ਕੁੜੀਆਂ ਨਾਲ ਆਪਣਾ ਰਿਸ਼ਤਾ ਜਾਂ ਤਾਂ ਭੈਣ ਵਾਲਾ ਹੀ ਹੋ ਸਕਦਾ ਜਾਂ ਮਸ਼ੂਕ ਵਾਲਾ ਹੀ ਹੋ ਸਕਦਾ ਉਹਦੇ ਵਿਚਾਲੇ ਦੋਨਾਂ ਰਿਸ਼ਤਿਆਂ ਦੇ ਵਿਚਾਲੇ ਵੀ ਇੱਕ ਰਿਸ਼ਤਾ ਹੁੰਦਾ ਦੋਸਤੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਵੀ ਆਪਣਾ ਇੱਕ ਦੂਜੇ ਦੀ ਜਿਵੇਂ ਆਪਾਂ ਹੈਲਪ ਕਰਦੇ ਹੁੰਦੇ ਹਾਂ ਜਾਂ ਕਿਸੇ ਤਰੀਕੇ 'ਚ ਬੰਦਾ ਕੋਈ ਕੰਮ 'ਚ ਪਿੱਛੇ ਹੁੰਦਾ ਤਾਂ ਉਹ ਤੋਂ ਹੈਲਪ ਲੈ ਲੈਂਦੇ ਹਾਂ ਆਪਾਂ ਉਹ ਕੰਮ ਦੇ ਵਿੱਚ ਨਾ
ਜਾਂ ਬਹੁਤ ਥਾਵਾਂ 'ਤੇ ਆਪਾਂ ਮੋਟੀਵੇਸ਼ਨ ਵੀ ਹੁੰਦੇ ਹਾਂ, ਜਿਵੇਂ ਕਿਸੇ ਬੰਦੇ ਨੂੰ ਉਹ ਕੰਮ ਕਰਨ ਦੇ ਵਿੱਚ ਪ੍ਰੋਬਲਮ ਹੋ ਰਹੀ ਹੁੰਦੀ ਆ ਜਾਂ ਉਹ ਨਹੀਂ ਹਿੰਮਤ ਨਹੀਂ ਆ ਰਹੀ ਹੁੰਦੀ, ਤਾਂ ਆਪਾਂ ਉਹਨੂੰ ਹਿੰਮਤ ਦਿੰਦੇ ਹਾਂ ਨਾ ਕਰ ਵੀ ਤੈਨੂੰ ਕਰਨਾ ਚਾਹੀਦਾ। ਜਿਵੇਂ ਮੈਨੂੰ ਵੀ ਬਹੁਤ ਬੰਦੇ ਨੇ ਹਿੰਮਤ ਹੀ ਦਿੱਤੀ ਹੈ, ਜਿਵੇਂ ਮੈਂ ਅੱਜ ਵਲੋਗਿੰਗ ਕਰ ਰਿਹਾ, ਬਹੁਤ ਇੰਸਪੀਰੇਸ਼ਨਾਂ ਨੇਗੀਆਂ, ਹੈ ਨਾ। ਅਤੇ ਮੇਰਾ ਤੁਹਾਡੇ ਨਾਲ ਕੋਈ ਐਵੇਂ ਉਹ ਨਹੀਂ ਹੈਗਾ ਕਿ ਮੈਂ ਤੁਹਾਨੂੰ ਜਾਣ ਬੁੱਝ ਕੇ ਟਾਰਗੇਟ ਕਰਕੇ ਕਹਿ ਰਿਹਾ ਜੋ ਕਮੈਂਟ ਕਰਦੇ ਆ, ਜੋ ਕਰਦੇ, ਜਿਵੇਂ ਇੱਕ ਮਾਸ ਲੈਵਲ 'ਤੇ, ਇੱਕ ਵੱਡੇ ਲੈਵਲ 'ਤੇ ਸੋਚੋ ਯਾਰ, ਹੈ ਨਾ, ਕਿ ਕੁੜੀਆਂ ਸਿਰਫ ਮਸ਼ੂਕ ਜਾਂ ਮਤਲਬ ਕਿ ਗਰਲਫ੍ਰੈਂਡਾਂ ਹੀ ਹੋ ਸਕਦੀਆਂ ਨੇਗੀਆਂ, ਦੋਸਤ ਨਹੀਂ ਹੋ ਸਕਦੀਆਂ, ਕਿਉਂ ਨਹੀਂ ਹੋ ਸਕਦੀਆਂ ਵੀ ਇਹ ਚੀਜ਼ ਯਾਰ। ਕੁੜੀਆਂ ਨੂੰ ਵੀ ਆਪਣੀ ਸੋਸਾਇਟੀ ਦੇ ਵਿੱਚ ਬਹੁਤ ਜ਼ਿਆਦਾ ਜਿਵੇਂ ਪਰਾਂ ਜੇ ਕਰਕੇ ਸਿੱਟ ਦਿੰਦੀ ਆ, ਅਤੇ ਮੁੰਡਿਆਂ ਨੂੰ ਤਾਂ ਕਰਨਾ ਹੀ ਕਰਨਾ ਇਹ ਚੀਜ਼ ਨੇ, ਹੈ ਨਾ। ਜਿਵੇਂ ਕਿ ਮੁੰਡੇ ਕੁੜੀਆਂ ਨੂੰ ਬਕਾਇਦਾ ਇਕੱਠੇ ਹੋ ਕੇ, ਜਿਹੜੇ ਯੂਥ ਹੈਗਾ ਉਹਨਾਂ ਨੂੰ ਇਕੱਠੇ ਹੋ ਕੇ ਕਿੱਥੇ ਤਾਂ ਆਪਦੇ ਜਿਵੇਂ ਆਪਦੇ ਹੱਕਾਂ ਦੀ ਗੱਲ ਕਰਨੀ ਚਾਹੀਦੀ, ਜਿਵੇਂ ਆਪਦੇ ਏਜੰਡੇ ਦੀ ਗੱਲ ਕਰਨੀ ਚਾਹੀਦੀ, ਕਿ ਅਸੀਂ ਚਾਹੁੰਦੇ ਕੀ ਹਾਂ। ਕਿੱਥੇ ਤੁਸੀਂ ਮਤਲਬ ਕਿ ਆਪਾਂ ਸਿਰਫ ਐਂ ਬਿਜ਼ੀ ਹਾਂ ਵੀ ਉਹ ਤੇਰੇ ਵਾਲੀ ਆ, ਉਹ ਮੇਰੇ ਵਾਲੀ ਆ, ਬਈ ਉਹਦੇ ਨਾਲ ਤੇਰੀ ਜੋੜੀ ਵਧੀਆ ਲੱਗ ਰਹੀ, ਉਹਦੇ ਨਾਲ ਮੇਰੀ ਜੋੜੀ ਨਹੀਂ, ਜਿਵੇਂ ਟੋਟਲੀ ਵੇਸਟੇਜ ਆਫ ਟਾਈਮ ਆ। ਇਹ ਤੋਂ ਚੰਗਾ ਕਿ ਆਪਾਂ ਜਿਹੜਾ ਉਹ ਦਿਮਾਗ ਲਾਉਣੇ ਆ ਉਹ ਕਿਸੇ ਵਧੀਆ ਅਤੇ ਚੰਗੇ ਅਤੇ ਪੋਜ਼ੀਟਿਵ ਚੀਜ਼ ਉੱਤੇ ਲਾਈਏ। ਬਸ ਮੈਂ ਨਾ ਇਹੀ ਕਹਿਣਾ ਸੀਗਾ, ਅਤੇ ਜੇ ਕਿਸੇ ਨੂੰ ਇਹ ਗੱਲਾਂ ਹੀ ਬੁਰੀਆਂ ਲੱਗੀਆਂ ਤਾਂ ਫਿਰ ਆਪਣੀ ਸੋਚ ਨਹੀਂ ਮਿਲਦੀ ਵੀਰੇ। ਦੂਸਰੀ ਗੱਲ ਮੈਂ ਕਰਨੀ ਸੀ ਸਕੇਟਬੋਰਡਿੰਗ ਦੇ ਬਾਰੇ। ਸਕੇਟਬੋਰਡਿੰਗ ਦਾ ਮੇਰੇ ਦਿਮਾਗ 'ਚ ਕਰ ਕਿੱਦਾਂ ਆਇਆ, ਹੈ ਨਾ, ਜਾਂ ਮੈਂ ਕਿਉਂ ਸੋਚਿਆ ਵੀ ਮੈਂ ਸਕੇਟਬੋਰਡਿੰਗ ਕਰਨ ਲੱਗਣਾ। ਪਹਿਲੀ ਗੱਲ ਤਾਂ ਇਹ ਹੈ ਕਿ ਵੀ ਮੈਨੂੰ ਸਕੇਟਬੋਰਡਿੰਗ ਪਹਿਲੇ ਦਿਨ ਤੋਂ ਹੀ ਬਹੁਤ ਜ਼ਿਆਦਾ, ਜਿਵੇਂ ਪਹਿਲੇ ਦਿਨ ਤੋਂ ਨਹੀਂ ਕਹੂੰਗਾ, ਜ਼ਿਆਦਾ ਹੋ ਜਾਊਗਾ। ਮੈਨੂੰ ਸਕੇਟਬੋਰਡਿੰਗ ਜਦੋਂ ਮੈਂ ਦੇਖੀ ਸੀ ਫਿਲਮਾਂ 'ਚ, ਇੰਗਲਿਸ਼ ਫਿਲਮਾਂ 'ਚ ਬੱਚਿਆਂ ਨੂੰ ਕਰਦੇ ਨੂੰ, ਹੈ ਨਾ, ਮੈਂ ਮਤਲਬ ਕਿ ਉਹ ਦੇਖ ਕੇ ਤਾਂ ਬੜਾ ਜ਼ਿਆਦਾ ਹੀ ਮਤਲਬ ਕਿ ਦੇਖ ਕੇ ਮੈਂ ਚੀਜ਼ ਦਾ ਫੈਨ ਹੋਇਆ ਸੀਗਾ ਕਿ ਕਿਆ ਬਾਤ ਹੈ ਨਾ, ਕਿ ਬੰਦੇ ਸਕੇਟਬੋਰਡਿੰਗ ਨਾਲ ਤੁਰ ਕੇ ਹੋਣਾ, ਤੁਰ ਕੇ ਹੋ ਜਾਏ ਸਕੇਟਬੋਰਡ 'ਤੇ ਨਾ, ਸਕੇਟਬੋਰਡ 'ਤੇ ਹੋ ਜਾਣਾ। ਅਤੇ ਮੈਨੂੰ ਉਹ ਚੀਜ਼ ਦਾ ਸ਼ੌਂਕ ਸੀਗਾ, ਜਿਵੇਂ ਕਾਫੀ ਟਾਈਮ ਤੋਂ ਮੈਂ ਇੱਕ ਦੋ ਵਾਰ ਸਟੋਰਾਂ 'ਤੇ ਗਿਆ ਵੀ ਹਾਂ, ਸਕੇਟਬੋਰਡ ਦੇਖ ਕੇ ਵੀ ਆਇਆ। ਜਦੋਂ ਮੈਂ ਦੁਬਈ ਗਿਆ ਸੀ ਉਦੋਂ ਮੈਂ ਮਿੰਟੂ ਵੀਰਾ, ਮੇਰੀ ਭੂਆ ਦਾ ਮੁੰਡਾ, ਅਸੀਂ ਵੀ ਇੱਕ ਸਕੇਟਬੋਰਡ ਵਾਲੀ ਦੁਕਾਨ 'ਤੇ ਗਏ ਸੀਗੇ, ਉੱਥੇ ਸਕੇਟਬੋਰਡ ਮੈਂ ਦੇਖਿਆ, ਦੇਖ ਕੇ ਜੇ ਰੱਖਤਾ ਮੈਂ, ਮਤਲਬ ਉਦੋਂ ਮੇਰੇ 'ਚ ਕੋਨਫੀਡੈਂਸ ਨਹੀਂ ਸੀ ਹੈਗਾ ਕਿ ਮੈਂ ਮੈਥੋਂ ਨਹੀਂ ਚਲਾ ਹੋਣਾ। ਪਰ ਇੱਕ ਚੀਜ਼ ਜ਼ਰੂਰ ਆ, ਵਲੋਗਿੰਗ ਨੇ ਮੇਰੇ 'ਚ ਕੋਨਫੀਡੈਂਸ ਬਹੁਤ ਲੈ ਕੇ ਆਉਂਦਾ, ਜਿਵੇਂ ਕੈਮਰੇ ਨਾਲ ਗੱਲਾਂ ਕਰਕੇ ਮੇਰੇ 'ਚ ਇਹਨਾਂ ਦਾ ਕੋਨਫੀਡੈਂਸ ਆ, ਜਿਵੇਂ ਹੁਣ ਮੈਂ ਚਾਹੇ ਜਿਹਦੇ ਨਾਲ ਮਰਜ਼ੀ ਖੜਾ ਹੋਵਾਂ, ਮੇਰੇ 'ਚ ਉਹ ਗੱਲ ਕਰਨ ਦੀ ਹਿੰਮਤ ਜੀ ਆ ਜਾਂਦੀ ਹੈ ਨਾ। ਚਲੋ ਉਹ ਗੱਲ ਸਾਈਡ 'ਤੇ, ਅਤੇ ਫਿਰ ਜਦੋਂ ਹੀ ਮੈਂ ਸਕੇਟਬੋਰਡਿੰਗ ਬਾਰੇ ਸੋਚਦਾ ਸੀਗਾ, ਅਤੇ ਸਾਡੇ ਪਿੰਡ ਦੀਆਂ ਬਈ ਗਲੀਆਂ ਠੀਕ ਠਾਕ ਜਿਹੀਆਂ ਸੀਗੀਆਂ, ਹੈ ਨਾ, ਜਿਵੇਂ ਕੋਈ ਬਾਹਲਾ ਹੈ ਨਹੀਂ ਸੀਗਾ ਵੀ ਉੱਥੇ ਮੈਂ ਸਕੇਟਬੋਰਡਿੰਗ ਪ੍ਰੈਕਟਿਸ ਕਰਕੇ ਸਿੱਖ ਸਕਦਾ ਸੀਗਾ। ਅਤੇ ਬਾਕੀ ਕੇ ਸੀ ਭਈਆ ਦੇ ਮੈਂ ਜਦੋਂ ਦੇਖਦਾ ਸੀ ਨਾ ਬਾਈ ਨੂੰ ਕੈਮਰਾ ਲੈ ਕੇ, ਅਤੇ ਸਕੇਟਬੋਰਡ ਦੇ ਉੱਤੇ, ਬੂਸਟਰ ਬੋਰਡ ਦੇ ਉੱਤੇ, ਬਸ ਮੇਰਾ ਦਿਮਾਗ ਖਰਾਬ ਹੋ ਜਾਂਦਾ ਸੀ ਕਿ ਮੈਨੂੰ ਨਵੀਂ ਚੀਜ਼ ਸਿੱਖਣ ਦਾ ਮੌਕਾ ਮਿਲ ਰਿਹਾ ਨਾ, ਜਿਵੇਂ ਮੈਂ ਕੋਈ ਨਵੀਂ ਚੀਜ਼ ਲਰਨ ਕਰ ਰਿਹਾ। ਖਰੀਦਿਆ ਪਰ ਮੈਂ ਉਸ ਦਿਨ ਗਰਾਰੀ 'ਚ ਸੀਗਾ, ਮੈਂ ਤਾਂ ਗੈਰੀ ਗਏ ਸਟੋਰ 'ਤੇ, ਅਸੀਂ ਦੇਖ ਰਹੇ ਸੀਗੇ, ਚਲਾ ਕੇ ਦੇਖ ਰਹੇ ਸੀਗੇ, ਇੱਕ ਆਂਟੀ ਆਈ, ਪੰਜਾਬਣੀ ਆਂਟੀ ਸੀਗੀ, ਕਹਿੰਦੀ ਲੈਣਾ ਲਓ, ਕਹਿੰਦੀ ਨਹੀਂ ਇੱਥੇ ਐਨ ਟਾਈਮ ਪਾਸ ਨਾ ਕਰੋ ਉਹਦੇ ਨਾਲ। ਹਰਪਿੰਦਰ ਖਾਤਰ ਤਾਂ ਫਿਰ ਇਹ ਗੱਲ ਇੱਜ਼ਤ 'ਤੇ ਆ ਗਈ ਸੀਗੀ, ਮੈਂ ਚੱਕੋ ਇਹਨੂੰ, ਮੈਂ ਬਿਲ ਕਰਾਉਂਦਾ ਹੁਣੀ, ਉੱਥੇ ਹੀ ਬਿਲ ਕਰਾਇਆ, ਫਿਰ ਅੰਦਰ ਸਟੋਰ 'ਤੇ ਗੇੜੇ ਦਿੱਤੇ ਉੱਥੇ, ਫਿਰ ਅਸੀਂ ਲਿਆ। ਮੈਂ ਕੋਈ ਗੱਲ ਨਹੀਂ, ਹੁਣ ਚਾਹੇ ਮਤਲਬ ਕਿ ਉੱਦਾਂ ਚਾਹੇ ਨਾ ਹੀ ਖਰੀਦਣਾ ਸੀਗਾ, ਪਰ ਗਰਾਰੀ 'ਚ ਹੁਣ ਅਸੀਂ ਸਿੱਖਾਂਗੇ ਵੀ। ਇਹ ਸਟੋਰੀ ਸੀਗੀ, ਅਤੇ ਉਹ ਕੁੜੀਆਂ ਵਾਲੀ ਗੱਲ 'ਤੇ ਥੋੜ੍ਹਾ ਗੌਰ ਫਰਮਾਇਆ ਯਾਰ ਮਾੜਾ ਜਿਹਾ, ਹੈ ਨਾ, ਜਿਵੇਂ ਸੋਚਣ ਵਾਲੀ ਗੱਲ ਆ, ਉਹ ਸਾਰਿਆਂ ਦੇ ਸੋਚਣ ਵਾਲੀ ਗੱਲ ਆ, ਅਤੇ ਸੋਚਣਾ ਚਾਹੀਦਾ ਵੀ ਉਹਦੇ ਬਾਰੇ। ਬਾਕੀ ਮੈਂ ਅਜੇ ਤੱਕ ਅਸਾਈਨਮੈਂਟ ਕੀਤੀ ਨਹੀਂ ਹੈਗੀ ਆਪਦੀ, ਅਸਾਈਨਮੈਂਟ ਕਰਨੀ ਆ। ਇੱਕ ਮੇਰੇ ਫੋਨ 'ਚ ਪਤਾ ਨਹੀਂ ਕੀ ਪ੍ਰੋਬਲਮ ਆਈ, ਜਦੋਂ ਤਾਂ ਅਪਡੇਟ ਕੀਤਾ ਉਹ ਮੇਰਾ ਫੋਨ ਲੈਪਟੋਪ ਨਾਲ ਕਨੈਕਟ ਨਹੀਂ ਹੋ ਰਿਹਾ, ਅਤੇ ਅੱਧੀਆਂ ਵੀਡੀਓਜ਼ ਫੋਨ 'ਚ ਨੇ ਅਤੇ ਉਹ ਲੈਪਟੋਪ 'ਚ ਜਾ ਰਹੀ ਨੇਗੀਆਂ। ਬਾਕੀ ਆ ਸ਼ਾਮ ਨੂੰ ਫਿਰ ਸ਼ਿਫਟ ਆਪਣੀ, ਸੋ ਇਟਸ ਗੋਨਾ ਬੀ ਅ ਸਟ੍ਰੈਸਫੁੱਲ ਡੇ। ਸੁੱਤੇ ਵੀ ਹੈ ਨਹੀਂ, ਡੇਢ ਘੰਟੇ ਸੁੱਤਾ ਸੀਗਾ, ਦਵਿੰਦਰ ਦਾ ਫੋਨ ਆ ਗਿਆ, ਪਰੌਂਠੇ ਆਇਆ, ਕਹਿੰਦੀ ਚਲੋ ਜੀ ਕੁੜੀਆਂ ਵਾਲੀ ਗੱਲ ਤਾਂ ਜ਼ਰੂਰ ਗੌਰ ਫਰਮਾ ਜਾਂਦਾ ਵੀਰੇ। ਬਾਕੀ ਪਰੌਂਠੇ ਪਾਸ ਨੇ, ਆਲੂਆਂ ਦੇ ਵਿੱਚ ਤੂੰ ਥੋੜ੍ਹੀ ਜਿਹੀ ਕੰਜੂਸੀ ਕਰਕੇ।